ਅਸਲਾਮੁਆਲੇਕੁਮ ਵ ਰਹਿਮਤੁਲਾਹੀ ਵ ਬਰਕਤੁ। ਮੋਜ਼ਾ ਨਾਜ਼ਰੀਨ ਅੱਜ ਅਸੀਂ ਮੌਜੂਦ ਸਾਂ ਚੱਕ 19 ਦੇ ਅੰਦਰ ਸਾਡੇ ਬਹੁਤ ਹੀ ਪਿਆਰੇ ਦੋਸਤ ਜਿਹੜੇ ਇਸ ਟਾਈਮ ਜ਼ਿੰਮੇਵਾਰੀ ਦੇ ਨਾਲ ਰਿਲੇਟਡ ਵੀ ਨੇ ਔਰ ਆੜ ਸਿਸਟਮ ਵੀ ਕਰਦੇ ਨੇ। ਅਸੀਂ ਅੱਜ ਇਹਨਾਂ ਕੋਲ ਹਾਜ਼ਰ ਹੋਏ ਸਾਂ ਪੁੱਛਣਾ ਚਾਹ ਰਹੇ ਸਾਂ ਕਿ ਇਹ ਕਿੰਨੀ ਦੇਰ ਤੋਂ ਇਹ ਸਾਡੇ ਦੇ ਉੱਤੇ ਕੰਮ ਕਰ ਰਹੇ ਨੇ ਆੜ ਦਾ ਔਰ ਕਿਹੜੀ ਵੈਰਾਈਟੀ ਇਹਨਾਂ ਇਸ ਦਫਾ ਲਗਾਣੀ ਚਾਹ ਰਹੇ ਨੇ ਔਰ ਪਿਛਲੇ ਸਾਲਾਂ ਦੇ ਅੰਦਰ ਇਹਨਾਂ ਕਿਉਂਕਿ ਆੜਤ ਵਿੱਚ ਆਂਤੇ ਕਾਫੀ ਇਹਨਾਂ ਦਾ ਤਜਰਬਾ ਰਿਹਾ ਹੈ। ਤੇ ਕਿੰਦੀ پیداوار ਅੱਛੀ ਆਈ ਏ ਤਾਂ ਕਿ ਅਸੀਂ ਜ਼ਿਮੀਦਾਰਾਂ ਨੂੰ ਦੱਸ ਸਕੀਏ ਕਿ ਅਗਰ ਉਹ ਵੈਰੈਟੀ ਇਸਤੇਮਾਲ ਕਰਨਗੇ ਤੇ ਸਾਡੇ ਜ਼ਿਮੀਦਾਰ ਨੂੰ ਦਾ ਫਾਇਦਾ ਹੋਵੇ ਤਾਂ ਕਿ ਅੱਛੀ پیداوار ਆਵੇ ਔਰ ਜ਼ਿਮੀਦਾਰ ਖੁਸ਼ਹਾਲ ਹੋ ਸਕੇ ਅਸਲਾਮੁਅਲੈਕਮ ਭਾਈ ਜਾਨ ਵਾਲੇਕਮ ਸਲਾਮ ਰਬ ਲਾਹ ਵਾਹ ਵਾਹ ਕਾਪਾ ਹੋ ਸੇਤ ਵੀ ਠੀਕ ਹੈ ਅੱਲਾ ਦਾ ਕਰੂ ਮੇ ਤਵਾ ਕੀ ਨਾਮ ਹੈ ਆਪਣਾ ਅਫਦਰਜ਼ਾਕ ਬਾਜਵਾ ਅਫਦਰਜ਼ਾਕ ਬਾਜਵਾ ਸਾਹਿਬ ਸਰ ਆਪਾਂ ਨੂੰ ਅਰਧ ਕਰਦੇ ਆ ਕਿੰਨਾ ਹਰਸਾ ਹੋ ਗਿਆ ਹੈ ਤਕਰੀਬਨ ਜੇ ਮੈਨੂੰ 10 ਸਾਲ ਹੋ ਗਏ ਨੇ 10 ਤੋਂ 12 ਸਾਲ ਹੋ ਗਏ ਆ ਉਹਨਦੇ ਅੱਛਾ ਹੜਤ ਕਰ ਰਹੇ ਆ ਅਸਲ ਜ਼ਿੰਮੇਦਾਰੀ ਵੀ ਕਰ ਰਹੇ ਆ ਸਹੀ ਹਾਂਜੀ ਫਿਰ ਤੁਸੀਂ ਪੁੱਛ ਰਹੇ ਹੋ ਕਿ ਬੀਹਾਂ ਦੇ حوالے ਨਾਲ ਹਾਂਜੀ ਇਹ ਸਾਡਾ ਸਵਾਲ ਇਹ ਹੈ ਤੁਹਾਡੇ ਬੀਜ ਦੇ حوالے ਦੇ ਨਾਲ ਕਿ ਪਿਛਲੇ ਸਾਲਾਂ 'ਚ ਅਸੀਂ ਪੈਦਾਵਾਰ ਜਿਹੜਾ ਜ਼ਿੰਮੇਦਾਰ ਹੈ ਉਹ ਕਾਫੀ ਪਰੇਸ਼ਾਨ ਰਿਹਾ ਹੈ ਵੈਰਾਈਟੀਜ਼ ਦੇ ਬਾਰੇ ਚ ਬੜਾ ਕਨਫਿਊਜ਼ ਹੋ ਜਾਂਦਾ ਸੀ ਕਿ ਕਿਹੜੀ ਇਸਤੇਮਾਲ ਕਰਾਂ ਬਿਮਾਰੀਆਂ ਜ਼ਿਆਦਾ ਆ ਜਾਂਦੀਆਂ ਨੇ ਉਹਨਾਂ ਨੂੰ ਪੈਦਾਵਾਰ ਉਹ ਮناسب ਜੀ ਆਂਦੀ ਤੇ ਪਿਛਲੇ ਸਾਲਾਂ ਦੇ ਵਿੱਚ ਮੇਬੀ ਕੋਈ ਵੈਰਾਈਟੀਆਂ ਆਈਆਂ ਵੀ ਨੇ ਤੇ ਤੁਸੀਂ ਕਿੰਨੇ ਸਾਲਾਂ ਤੋਂ ਜਿਹੜਾ ਅਰਜ਼ਦ ਕਰਦੇ ਪੈਜੇ? ਤਕਰੀਬਨ ਤੁਹਾਨੂੰ ਦੱਸਿਆ 10 ਤੋਂ 12 ਸਾਲ ਹੋ ਗਏ ਨੇ। ਅੱਛਾ। ਮਕਸਦ ਇਹ ਕਿ ਤੁਸੀਂ ਪੁੱਛ ਰਹੇ ਹੋ ਕਿ ਵੈਰਾਈਟੀ ਕਿਹੜੀ ਕਾਮਯਾਬ ਹੈ? ਹਾਂਜੀ। 2021 ਤੇ 22 ਮਾਸ਼ਾਅੱਲਾ ਜ਼ਿੰਮੇਦਾਰ ਵਾਸਤੇ ਬਹੁਤ ਅੱਛਾ ਰਿਜ਼ਲਟ ਆਏ ਨੇ। ਐਲਪੀ 18 ਜੀ ਜੀ 301 ਇਹ ਮੁਕਾਬਲੇ 'ਚ ਗਏ ਨੇ। ਬਲਕਿ ਐਲਪੀ 18 ਜਿਹੜਾ ਐਵਰੇਜ ਵਧਿਆ। ਸਹੀ। 15.09 ਵੀ ਠੀਕ ਰਿਹਾ ਹੈ। ਤੇ ਬਾਕੀ ਜਿਹੜਾ ਸੁਪਰੀ ਤਾ ਫਾਦਵਾਲਿਆਂ ਦੇ ਉਹ ਵੀ ਮਾਸ਼ਾਅੱਲਾ ਬੜੀ ਐਵਰੇਜ ਆਈ ਏ ਤੇ ਹਾਂਜੀ ਯਾਨੀ ਕਿ ਤੁਸੀਂ ਸਮਝ ਦੇ ਜੇ ਕਿ ਐਲਪੀ 18 ਔਰ 301 ਇਹ 301 ਕਿਹੜੀ ਕੰਪਨੀ ਦੀ ਭਲਾ ਇਹ ਟਾਰਗੇਟ ਦੀ ਨੇ ਟਾਰਗੇਟ ਦੀ ਟਾਰਗੇਟ ਦੀ ਸਹੀ 301 ਟਾਰਗੇਟ ਦੀ ਔਰ ਇਹ ਤਾਂ ਮੇਬੀ ਸ਼ਾਰਟ ਇੰਟਰਵਲ ਵੈਰਾਈਟੀ ਵੈਸੇ ਵੀ ਹੈਗੀ ਏ ਤੇ ਤੁਸੀਂ ਇਹਦੀ پیداوار ਜ਼ਿਆਦਾ ਜ਼ਿਆਦਾ ਕਿੰਨੀ ਉਠਾਈ ਏ 301 ਦੀ ਨਹੀਂ ਅਸੀਂ ਜਿ ਕਾਸ਼ਤੀ ਐਲਪੀ 18 ਕੀਤਾ ਸੀ अच्छा ए, वो तकरीबन 120 18 120 18 तक एवरेज गई, ए, तक गई। तक एक, रहे रहे। है सही ਤੇ ਵਿੱਚ ਫਾਰਮਰ ਨੇ ਜਿਨ੍ਹਾਂ ਦੀ ਅਸੀਂ ਆੜਦੇ ਹਸਾਬ ਨਾਲ ਲੈ ਕੇ ਆਏ ਆ ਖਰੀਦ ਕੇ ਲੈ ਆਏ ਆ ਉਹ 133 ਤੱਕ ਵੀ एवरेज ਗਈ 133 ਮੰਨ ਤੱਕ ਮੇਰ ਕੋ ਖਾਤੇ ਨੇ اچھا 133 ਮੰਨ ਤੀ ਕਰ ਰਹੀ ਹੈ پیداوار एवरेज ਹੈ 18 ਦੀ ਐਲ ਵੀ 18 ਦੀ ਹਾਂਜੀ ਤੇ 301 ਦੀ ਤੁਸੀਂ एवरेज ਕਿੰਨੀ ਜਿਆਦਾ तकरीबन 100 120 100 15 18 110 بس 100 100 100 ਤੋਂ ਉੱਪਰ ਉੱਪਰ ਇਸੇ ਯਾਨੀ 110 15 20 120 ਮੰਨ ਵੀ ਅਗਰ ਨਿਕਲ ਜਾਂਦੀ ਏ ਔਰ ਕਿਉਂਕਿ ਇਹ ਹੈਗੀ ਸ਼ਾਰਟ ਇੰਟਰਵਲ ਵੈਰਾਈਟੀ ਇਹ ਐਲਪੀ 18 ਨਾਲੋਂ ਵੀ ਪਹਿਲੇ ਤਿਆਰ ਹੋ ਜਾਂਦੀ ਠੀਕ ਹੈ ਔਰ ਤਕਰੀਬਨ ਇਹਦਾ 20 ਦਿਨ ਪਹਿਲੇ ਇਹ ਐਲਡੀ ਰਾਜੀ 100 ਮੰਨ ਦੇ ਐਵਰੇਜ ਵੀ ਕਾਫੀ ਹੈ 100 ਮੰਨ ਐਵਰੇਜ ਹੋਵੇ ਰੇਟ ਮਾਸ਼ਾਅੱਲਾ ਪਿਛਲੇ 2021 ਚ ਵੀ ਠੀਕ ਸੀ 2022 ਚ ਵੀ ਠੀਕ ਹੈ ਹੁਣ ਵੀ ਰੇਟ ਉਮੀਦ ਹੈ ਇਨਸ਼ਾਅੱਲਾ ਠੀਕ ਰਹੇਗਾ ਅੱਛਾ ਜ਼ਮੀਦਾਰ ਨੂੰ ਵੈਸੇ ਹਾਈਬ੍ਰਿਡ ਕਿਹੜੇ ਵਾਲੀ ਸਾਈਡ ਤੇ ਜਾਣਾ ਚਾਹੀਦਾ ਤੁਸੀਂ ਕੀ ਸਮਝਦੇ ਜੀ ਤਕਰੀਬਨ ਮੇਰੇ ਹਿਸਾਬ ਨਾਲ ਦੋਵਾਂ ਵਾਲੇ ਜਾਣਾ ਚਾਹੀਦਾ ਦੋਵਾਂ ਵੱਲੇ ਜਾਣਾ ਚਾਹੀਦਾ ਇਹ ਐਲਪੀ 18 ਵੀ ਲਗਾਣ ਤੇ 301 ਵੀ ਲਗਾਣ ਠੀਕ ਹੋ ਗਿਆ ਯਾਨੀ ਦੋਵੇਂ ਜ਼ਬਰਦਸਤ ਨੇ ਜ਼ਮੀਦਾਰ ਤੇ ਵੀ ਡਿਪੈਂਡ ਹੈ ਨਾ ਫਰਾਕ ਤੇ ਡਿਪੈਂਡ ਹੈ ਉਹਨਾਂ ਕਈ ਜ਼ਿੰਮੇਦਾਰ ਨੇ ਉਹਨਾਂ ਦੀ ਐਵਰੇਜ ਇਹਦੇ ਵਿੱਚ ਕੰਮ ਹੀ ਆਈ ਸਹੀ ਵਾਵਾ ਕੰਮ ਆਈ ਤੇ ਉਹ ਫਰਾਗ ਤੇ ਉਹਨਾਂ ਅਸਲ ਆਪਾਂ ਲਈ ਇਹ ਬੀਆਂ ਨੂੰ ਨੇ ਖਾਲੀ ਬੀਆਂ ਦਾ ਨੁਕਾ ਸਮਝੀਏ ਤੇ 139 ਮੰਣੀ ਤੇ ਐਵਰੇਜ ਆਈਏ ਉਹ ਵੀ ਤੇ ਜ਼ਿੰਮੇਦਾਰ ਨੇ ਜੇ ਕਈਆਂ ਜ਼ਿੰਮੇਦਾਰਾਂ ਦੀ ਐਵਰੇਜ 90 ਮੰਣੀ ਆਈਏ ਛੋਟਾ ਛੋਟਾ ਜ਼ਿੰਮੇਦਾਰ ਹੈ ਪੂਰਾ ਖਰਚਾ ਨਹੀਂ ਕਰਦਾ ਪਾਣੀ ਟਾਈਮ ਤੇ ਨਹੀਂ ਆਇਆ ਪਾਣੀ ਪਹਿਲੇ ਖੁਸ਼ ਕਰਦਾ ਬਸ ਇਸ ਤਰ੍ਹਾਂ ਮਾਮਲਾਤ ਮੇਰੇ ਹਿਸਾਬ ਨਾਲ 100 ਮੰਨ ਦੀ ਐਵਰੇਜ ਆਏ ਨਾ ਜੀ ਤੇ ਜ਼ਿੰਮੇਦਾਰ ਨੁਕਸਾਨ ਨਹੀਂ ਮਾਸ਼ਾਅੱਲਾ ਬੜੀ ਐਵਰੇਜ ਹੈ ਅੱਛਾ ਨਾਜ਼ਰੀਨ ਰਜ਼ਾਕ ਸਾਹਿਬ ਦਾ ਜਿਹੜਾ ਲਾਸਟ ਲੁਬੇ ਲਵਾਪਸੀ ਪੈਦਾਵਾਰ ਦੇ ਲਿਆਜ਼ ਨਾਲ ਉਹਨੇ ਕਿ ਸਿਰਫ ਅਸੀਂ ਵੈਰਾਈਟੀ ਨੂੰ ਜਾਂ ਬੀਜ ਨੂੰ ਅਸੀਂ ਨਿਸ਼ਾਨਾ ਨਹੀਂ ਬਣਾ ਸਕਦੇ ਸਭ ਤੋਂ ਪਹਿਲੀ ਗੱਲ ਇਹ ਬੰਦੇ ਦੀ ਖੁਦ ਮੈਨੇਜਮੈਂਟ ਅੱਛੀ ਹੋਵੇ ਉਹ ਖਾਦ ਅੱਛੇ ਤਰੀਕੇ ਨਾਲ ਦਿੰਦਾ ਹੋਵੇ ਉਹਦੇ ਤੇ ਮਿਹਨਤ ਕਰਦਾ ਹੋਵੇ ਕਿਉਂਕਿ 133 ਮਨ ਵੀ ਉਹ ਕਹਿੰਦੇ ਨੇ ਕਿ ਅਸੀਂ ਚੁੱਕੀਏ ਤੇ 90 ਮਨ ਵੀ ਚੁੱਕੀਏ ਐਲਬੀ 18 ਦੀ ਹੁਣ ਦੱਸੋ ਕਿ ਉਹ ਆਂਦਾ ਕਿ 90 ਮਨ ਉਹਨੇ ਕਿਉਂ ਲਈ ਔਰ 133 ਵਾਂ ਉਹਦੀ ਕੇਵੇਂ ਨਿਕਲ ਗਈ ਇਹਦੇ ਵਿੱਚ ਡਿਪੈਂਡ ਕਰਦਾ ਜ਼ਿਮੀਂਦਾਰ ਤੇ ਕਿ ਜ਼ਿਮੀਂਦਾਰ ਕਿੰਨੀ ਮਿਹਨਤ ਕਰਦਾ ਹੈ ਉਹ ਵੈਰਾਈਟੀਆਂ ਜਿਹੜੀਆਂ ਨੇ ਰਜ਼ਾਕ ਸਾਹਿਬ ਕੋਲੋਂ ਜ਼ਿਆਦਾ ਪੈਦਾਵਾਰ ਦੇਣੇ ਚ ਉਹ ਐਲਪੀ 18 ਔਰ 301 ਬੜੀਆਂ ਜ਼ਬਰਦਸਤ ਵੈਰਾਈਟੀਆਂ ਨੇ ਅਗਰ ਕੋਈ ਦੋਸਤ ਇਹਨਾਂ ਚੋ ਲਗਾ ਕੇ ਤੇ ਕਾਸ਼ ਕਰ ਰਿਹਾ ਤੇ ਉਹ ਅੱਛੀ ਪੈਦਾਵਾਰ ਲੈ ਸਕਦਾ ਲੇਕਿਨ ਸਾਰਾ ਉਹਨੇ ਕਹੇ ਵੀ ਸਿਰਾ ਜਿਹੜਾ ਐਂਡ ਤੇ ਸਾਡਾ ਲੁਬੇ ਲਵਾਬ ਹੋਵੇ ਦਾ ਗੱਲ ਦਾ ਉਹ ਇਹ ਵੀ ਹੈ ਤੇ ਤੁਸੀਂ ਖੁਦ ਮਿਹਨਤ ਕਰੋ ਇਨਸ਼ਾਅੱਲਾ ਮੇਰਾ ਮਾਲਕ ਹੁੰਦੇ ਚ ਬਰਕਤ ਪਾਏਗਾ ਅਸੀਂ ਇਨਸ਼ਾਅੱਲਾ ਤੁਹਾਨੂੰ ਮਿਲਨੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਤੋਂ ਸਾਨੂੰ اجازت ਅੱਲਾ ਹਾਫਿਜ਼